नमस्कार दोस्तों, मैं थोड़ा दोस्त मनु मोड़ ते काफ़ी कैंडिडेट मैं तो इंस्टाग्राम ते एक सवाल पूछ रहे हैं कि सर जे असी एग्जाम देने जावे पंजाब पुलिस कॉन्स्टेबल या सब इंस्पैक्टर दा उस टाइम सानू कोरोना की रिपोर्ट नाल लेके जानी पवेगी या नहीं। यह गल जानने तो पहले एक पंजाब पुलिस वालों एक हदायत दी गई है, इसनों ध्यान नाल पढ़ लो। पंजाब पुलिस के ऑफिशियल ट्विटर अकाउंट ते एक यह गल मैनशन की हुई है कि पंजाब पुलिस की भर्ती को लैके ਹੋਣ ਵਾਲੀਆਂ ਠੱਗੀਆਂ ਤੋਂ ਸਾਵਧਾਨ ਰਹੋ। ਜੇਕਰ ਤੁਹਾਨੂੰ ਕੋਈ ਭਰਤੀ ਕਰਵਾਉਣ ਬਦਲੇ ਪੈਸੇ ਜਾਂ ਕਿਸੇ ਹੋਰ ਤਰ੍ਹਾਂ ਦੀ ਮੰਗ ਦੀ ਡਿਮਾਂਡ ਕਰਦਾ ਹੈ ਤਾਂ ਅਜਿਹੇ ਧੋਖੇਬਾਜ਼ ਦੀ ਰਿਪੋਰਟ ਪੰਜਾਬ ਪੁਲਿਸ ਦੀ ਹੈਲਪਲਾਈਨ 'ਤੇ ਕਰੋ। ਜੇ ਤੁਹਾਨੂੰ ਕੋਈ ਕਹਿੰਦਾ ਹੈ ਕਿ ਪੈਸੇ ਦੇ ਕੇ ਮੈਂ ਤੁਹਾਡੀ ਭਰਤੀ ਕਰਵਾ ਦੇਵਾਂ, ਤੁਹਾਡਾ ਐਗਜ਼ਾਮ ਕਲੀਅਰ ਕਰਵਾ ਦੇਵਾਂ ਜਾਂ ਤੁਹਾਡੀ ਫਿਜ਼ੀਕਲ ਫਿਟਨੈਸ ਟੈਸਟ ਕਲੀਅਰ ਕਰਵਾ ਦੇਵਾਂ, ਤਾਂ ਉਹ ਫੇਕ ਹੁੰਦੇ ਨੇ। ਉਹ ਪੈਸੇ ਲੈ ਕੇ ਮੁੜ ਕੇ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ। ਤਾਂ ਕਰਕੇ ਜੇ ਇਸ ਤਰ੍ਹਾਂ ਦੀ ਕੋਈ ਗੱਲ ਕਰਦਾ ਤਾਂ ਇਹ ਇਹਨਾਂ ਦਾ ਹੈਲਪਲਾਈਨ ਨੰਬਰ ਦਿੱਤਾ ਹੋਇਆ 112 ਜਾਂ 181 'ਤੇ ਕਾਲ ਕਰਕੇ ਤੁਸੀਂ ਕੰਪਲੇਂਟ ਦਰਜ ਕਰ ਸਕਦੇ ਹੋ। ਇਸ ਤੋਂ ਬਾਅਦ ਗੱਲ ਕਰੀਏ ਕੈਂਡੀਡੇਟ ਕੋਲ ਟੈਸਟ ਦੇ ਦੌਰਾਨ ਕਰੋਨਾ ਰਿਪੋਰਟ ਹੋਣੀ ਲਾਜ਼ਮੀ ਹੈ ਜਾਂ ਨਹੀਂ। ਤਾਂ ਦੋਸਤੋ ਦੇਖੋ, ਇਹਨਾਂ ਦਾ ਇਹ ਆਫਿਸ਼ੀਅਲ ਨੋਟੀਫਿਕੇਸ਼ਨ ਹੈ, ਤਾਂ ਕੋਈ ਪੁਆਇੰਟ ਦਿੱਤਾ ਹੁੰਦਾ ਤਾਂ ਇਹਨਾਂ ਨੇ ਆਫਿਸ਼ੀਅਲ ਨੋਟੀਫਿਕੇਸ਼ਨ ਵਿੱਚ ਜ਼ਰੂਰ ਮੈਂਸ਼ਨ ਕੀਤਾ ਹੁੰਦਾ, ਜਿਵੇਂ ਕਿ ਇੱਥੇ ਪਰਸਨਲ ਡਿਟੇਲ ਰਿਲੇਟਡ ਮੈਂਸ਼ਨ ਕੀਤਾ ਹੋਇਆ ਹੈ, ਵੈਲਿਡ ਈਮੇਲ ਅਕਾਊਂਟ ਰਿਲੇਟਡ, ਵੈਲਿਡ ਐਂਡ ਐਕਟਿਵ ਮੋਬਾਈਲ ਨੰਬਰ ਰਿਲੇਟਡ ਦੱਸਿਆ ਹੋਇਆ ਕਿ ਇਹ ਆਪਣੇ ਕੋਲ ਹੋਣਾ ਚਾਹੀਦਾ ਹੈ, ਕੋਈ ਆਈਡੀ ਪਰੂਫ ਹੋਣਾ ਚਾਹੀਦਾ, ਪਾਸਪੋਰਟ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ ਜਾਂ ਪੈਨ ਕਾਰਡ ਅਤੇ ਮੈਟ੍ਰਿਕ ਦਾ ਆਪਣਾ ਸਰਟੀਫਿਕੇਟ ਹੋਣਾ ਚਾਹੀਦਾ ਐਜ ਏ ਏਜ ਪਰੂਫ। ਇਸ ਤੋਂ ਇਲਾਵਾ ਆਪਣਾ ਪੰਜਾਬੀ ਕੁਆਲੀਫਾਈਂਗ ਦਾ ਸਰਟੀਫਿਕੇਟ ਜਿਹੜਾ ਆਪਾਂ 10ਵੀਂ ਦੇ ਤੌਰ 'ਤੇ ਯੂਜ਼ ਕਰ ਸਕਦੇ ਹਾਂ। ਇਸ ਤੋਂ ਇਲਾਵਾ ਰਿਜ਼ਰਵੇਸ਼ਨ ਬੈਨੀਫਿਟ ਲੈਣ ਵਾਲਾ ਆਪਣਾ ਕਾਸਟ ਸਰਟੀਫਿਕੇਟ ਆਪਣੇ ਪਾਸ ਹੋਣਾ ਚਾਹੀਦਾ। ਬਟ ਕਰੋਨਾ ਟੈਸਟ ਦੀ ਰਿਪੋਰਟ ਬਾਰੇ ਕਿਤੇ ਵੀ ਇਹਨਾਂ ਦੇ ਆਫਿਸ਼ੀਅਲ ਨੋਟੀਫਿਕੇਸ਼ਨ ਵਿੱਚ ਕੋਈ ਵੀ ਡਿਟੇਲ ਨਹੀਂ ਲਿਖੀ, ਤਾਂ ਕਰਕੇ ਹੋ ਸਕਦਾ ਇਹ ਫੇਕ ਨਿਊਜ਼ ਹੋਵੇ, ਬਸ ਵਿਊ ਲੈਣ ਦੇ ਮਾਰੇ ਕਿਸੇ ਯੂਟਿਊਬ ਚੈਨਲ ਨੇ ਅਪਲੋਡ ਕਰਤੀ ਹੋਵੇ ਵੀਡੀਓ, ਬਟ ਆਫਿਸ਼ੀਅਲ ਨੋਟੀਫਿਕੇਸ਼ਨ ਵਿੱਚ ਇਸ ਤਰ੍ਹਾਂ ਦਾ ਕੋਈ ਮੈਂਸ਼ਨ ਨਹੀਂ ਕੀਤਾ। ਇਹ ਕਰੋਨਾ ਟੈਸਟ ਰਿਪੋਰਟ ਬਾਰੇ ਕੋਈ ਵੀ ਡਿਟੇਲ ਕਿਸੇ ਹੋਰ ਵੈਬਸਾਈਟ, ਇੰਸਟਾਗ੍ਰਾਮ, ਫੇਸਬੁੱਕ, ਪੰਜਾਬ ਪੁਲਿਸ ਦੇ ਆਫਿਸ਼ੀਅਲ ਪੋਰਟਲ 'ਤੇ ਕਿਤੇ ਵੀ ਹੈ ਤਾਂ ਮੈਨੂੰ ਵੀ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਮੈਂ ਅੱਗੇ ਹੋਰ ਕੈਂਡੀਡੇਟਾਂ ਨੂੰ ਇਸ ਬਾਰੇ ਜਾਣੂ ਕਰਵਾ ਸਕਾਂ। ਕਿਉਂਕਿ ਦੋਸਤੋ, ਪੰਜਾਬ ਪੁਲਿਸ ਭਰਤੀ ਰਿਲੇਟਡ ਕਲਾਸਿਸ ਆਲਰੇਡੀ ਆਪਣੇ ਚੈਨਲ 'ਤੇ ਕਾਫੀ ਮੈਂ ਪ੍ਰੋਵਾਈਡ ਕਰਵਾ ਚੁੱਕਿਆ ਐਂਡ ਫਿਊਚਰ ਵਿੱਚ ਵੀ ਤੁਹਾਨੂੰ ਪ੍ਰੋਵਾਈਡ ਕਰਵਾਉਂਦਾ ਰਹਾਂਗਾ। ਜੇ ਪਰਫੈਕਟ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ।